ਸਾਰਾ ਐਸਾ ਵਿਖਾਇਆ। ਅੱਛਾ ਜਨਾਬ ਬਿਲਾਲ ਦਾ ਮੈਂ ਇੱਕ ਹੋਰ ਜੁਮਲਾ ਸੁਣਾ ਦੇਵਾਂ ਕਿ ਨਬੀ ਅੱਲਾ ਨੇ ਇੱਕ ਸਹਾਬੀ ਕੋ ਖਰੀਦੀ ਹੈ ਡਾਚੀ 300 ਰੁਪਏ ਦੀ। ਤੁਹਾਡੇ ਹਾਲ ਸਲਾਮਤ ਰਹਿਣੇ ਜਿਹੜੇ ਪਹੁੰਚ ਗਏ ਹੋ। 300 ਰੁਪਏ ਦੀ, 300 ਦਿਨਾਰ ਦੀ। ਉਹ ਸਰਕਾਰ ਆਖਿਆ ਮੈਂ ਨਮਾਜ਼ ਪੜ੍ਹ ਕੇ ਆਉਂਦਾ ਤੇ ਵਾਪਸੀ ਤੇ ਤੇਰੇ ਕੋਲ ਡਾਚੀ ਇਹ ਲੈ ਲਸਾਂ। ਸਰਕਾਰ ਨਮਾਜ਼ ਪੜ੍ਹਨ ਗਏ, ਦੂਸਰੇ ਨੇ ਆਖਿਆ ਵੇਚਣੀ ਆ। ਉਸ ਆਖਿਆ ਜੀ ਹਾਂ। ਕਿੰਨੇ ਦੀ? ਉਹਨੇ ਕਿਹਾ 900 ਦੀ। ਬੈਠੇ ਹੋ ਜਾਂ ਕੋਈ ਨਾ, 900 ਦੀ। 900 ਉਸ ਕੋਲ ਫੜਿਆ, ਡਾਚੀ ਜਨਾਬ ਦੇ ਹਵਾਲੇ ਕੀਤੀ। ਨਬੀ ਨਮਾਜ਼ ਪੜ੍ਹ ਕੇ ਆ ਗਏ, ਬਈ ਦੇ ਡਾਚੀ। ਉਸ ਆਖਿਆ ਕੋਈ ਗਵਾਹ ਹੈ ਹੀ? ਓਏ ਹੋਏ, ਬੋਲਿਆ ਜੇ ਬੋਲਿਆ ਜੇ, ਕੋਈ ਗਵਾਹ ਹੈ ਜੇ? ਨਬੀ ਅੱਲਾ ਤੁਹਾਡੀ ਸ਼ਰੀਅਤ ਆਉਂਦੀ ਹੈ, ਜਿਹੜੇ ਵੇਲੇ ਕੋਈ ਸੌਦਾ ਕਰੋ ਦੋ ਗਵਾਹ ਵਿੱਚ ਹੋਣੇ ਚਾਹੀਦੇ ਨੇ, ਕੋਈ ਗਵਾਹ ਵਿਖਾ। ਨਬੀ ਫਰਮਾਇਆ ਮੇਰੇ ਕੋ ਸੁਜਾਨ, ਮੈਂ ਮੁਹੰਮਦ ਹਾਂ। ਹਾਏ 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 ਹਾਏ, ਮੇਰੇ ਕੋ ਸੁਜਾਨ, ਮੈਂ ਅਲੀ ਦਾ ਵੀ ਆਖਾ ਹਾਂ। ਬੋਲੀ ਯਾਰ ਸਾਹਿਬ ਦਾ ਵੀ ਖੁਦਾਰਾ ਖੁਦਾਰਾ। ਸ਼ੀਆ ਸੁਣੀਏ, ਯਾਦ ਰੱਖਿਆ ਜੀ, ਨਬੀ ਫਰਮਾਇਆ ਮੇਰੇ ਕੋ ਸੁਜਾਨ, ਮੈਂ ਉਹ ਹਾਂ ਜਿਸ ਨੂੰ ਕਾਫਰ ਵੀ ਸਾਦਾ ਕਹਦੇ ਨੇ। ਜੀ ਜੀ ਬਿਸਮਿਲਾ ਕਰਾ। ਉਸ ਆਖਿਆ ਕੋਈ ਗਵਾਹ? ਹਜੇ ਬਹਿਸ ਹੁੰਦੀ ਪਈ ਹੈ, ਨਬੀ ਡਾਚੀ ਮੰਗਦਾ ਪਿਆ, ਉਹ ਗਵਾਹ ਆਉਂਦਾ ਪਿਆ ਜਾਂ ਇੱਕ ਦੂਜਾ ਨਮਾਜ਼ੀ ਆਇਆ। ਨਬੀ ਅੱਲਾ ਖੈਰ ਹੈ? ਉਸ ਆਖਿਆ ਯਾਰ ਮੈਂ ਖਰੀਦੀ ਹੈ ਡਾਚੀ, ਇਹ ਦਿੰਦਾ ਨਹੀਂ ਪਿਆ। ਉਸ ਆਖਿਆ ਦਿੰਦਾ ਕਿਉਂ ਨਹੀਂ ਪਿਆ ਨਬੀ ਦੀ ਡਾਚੀ? ਉਸ ਆਖਿਆ ਜੀ ਆਪਣੇ ਨਬੀ ਨੂੰ ਪੁੱਛੋ ਕੋਈ ਗਵਾਹ ਹੈ? ਆਂਦਾ ਨਬੀ ਅੱਲਾ ਆਂਦਾ ਤੇ ਵੀ ਸੱਚ ਨਹੀਂ। ਸਮਝ ਆ ਰਹੀ? ਬਿਸਮਿਲਾ ਕਰਾਂ, ਜਿਹੜੇ ਪਿੱਛੇ ਬਹਿ ਕੇ ਦਾਦ ਪੇ ਦਿੰਦੇ ਨੇ। ਆਂਦਾ ਤੇ ਵੀ ਸੱਚ ਨਹੀਂ। ਦੂਜਾ ਆਇਆ, ਉਸ ਵੀ ਆਖਿਆ ਨਬੀ ਅੱਲਾ ਆਧਾ ਤੇ ਇਹ ਵੀ ਸੱਚ। ਜੁਮਲਾ ਸੁਣਿਆ ਬਈ ਨਾਸਰ, ਬਾਅਦ ਤੁਸੀਂ ਦੁਆ ਕਰਿਆ ਜੇ। ਤੀਜਾ ਆਇਆ, ਉਸ ਆਖਿਆ ਆਧਾ ਤੇ ਬਾ ਨਬੀ ਅੱਲਾ ਇਹ ਵੀ ਸੱਚ। ਮਿੰਬਰ ਦੀ ਕਸਮ, ਚੌਥੇ ਨੰਬਰ ਤੇ ਆਇਆ ਬਲਾਲ ਹਬਸ਼ੀ। ਕਿਰਦਾਰ ਕੈਸਾ ਵਿਖਾਇਆ, ਜੁਮਲਾ ਸੁਣੀ। ਬਲਾਲ ਹਬਸ਼ੀ ਨੇ ਆ ਕੇ ਕਦਮਾਂ ਤੇ ਹੱਥ ਰੱਖਿਆ, ਆਕਾ ਸਰਦਾਰ ਮੇਰਾ ਸਲਾਮ। ਫਰਮਾਇਆ ਬਲਾਲ ਮੇਰਾ ਵੀ ਸਲਾਮ। ਸਰਦਾਰ ਖੈਰ ਹੈ? ਫਰਮਾਇਆ ਬਲਾਲ ਯਾਰ ਮੈਂ ਖਰੀਦੀ ਹੈ ਡਾਚੀ, ਇਹ ਦਿੰਦਾ ਨਹੀਂ ਪਿਆ। ਬਲਾਲ ਜਾਲ ਜਲਾਲ ਚ ਕਹਿੰਦਾ ਓਏ ਮੇਰੇ ਨਬੀ ਦੀ ਡਾਚੀ ਦੇ। ਬਲਾਲ ਝਗੜਾ ਕਰਨ ਤੋਂ ਪਹਿਲੇ ਪੁੱਛ ਤੇ ਸਹੀ ਕੋਈ ਗਵਾਹ ਹੈ ਹੀ? ਜੁਮਲਾ ਸਹੀ, ਕੋਈ ਗਵਾਹ ਹੈ ਹੀ? ਮੌਤ ਮੈਨ ਹੋ ਕੇ ਬਲਾਲ ਆਂਦੇ ਗਵਾਹ ਮੈਂ ਆ। ਹਾਏ 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 ਹਾਏ, ਹਾਂ ਸਲਾਮਤ ਰਹਿਣੀ, ਹਾਂ ਸਲਾਮਤ ਰਹਿਣੀ, ਗਵਾਹ ਮੈਂ ਆ। ਉਸ ਵੇਲੇ ਡੇ ਕੇ ਆਖਣ ਲੱਗੇ ਬੰਦਾ ਬਲਾਲ ਜਿਹੜੇ ਵੇਲੇ ਸੌਦਾ ਹੋਇਆ ਤੂੰ ਮੌਜੂਦ ਨਹੀਂ ਆਈ। ਨਬੀ ਅੱਲਾ ਵੀ ਆ ਕੇ ਹਾਂ ਬਲਾਲ ਜਿਹੜੇ ਵੇਲੇ ਸੌਦਾ ਹੋਇਆ ਤੂੰ ਤਾਂ ਮੌਜੂਦ ਹੀ ਨਹੀਂ, ਏਡਾ ਮੁਤਮੈਨ ਹੋ ਕੇ ਕਿਵੇਂ ਆ ਕੇ ਤੂੰ ਪਰਵਾਜ਼ ਨਾ ਕਰੇ? ਇਮਨਾਬਾਦ ਵਾਲਿਆ ਸਜਦਾ ਕੋਲੋਂ ਖੈਰਾਤ ਪਿੰਨੀ ਨਹੀਂ। ਜੁਮਲਾ ਸੁਣੀ, ਜਿਹੜੇ ਵੇਲੇ ਨਬੀ ਆ ਕੇ ਹਾਂ ਬਲਾਲ ਜਿਹੜੇ ਵੇਲੇ ਸੌਦਾ ਹੋਇਆ ਤੂੰ ਤਾਂ ਮੌਜੂਦ ਹੀ ਨਹੀਂ, ਕਦਮਾਂ ਤਾਂ ਮੱਥਾ ਰੱਖ ਕਹਿੰਦੇ ਤੂੰ ਆਖਿਆ ਅੱਲਾ ਹੈ ਮੈਂ ਕੋਈ ਵੇਖਿਆ? ਹਾਏ 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 ਹਾਏ, ਹਾਂ ਸਲਾਮਤ ਰਹਿਣੀ, ਤੂੰ ਆਖਿਆ ਬਿਸਮਿਲਾ ਬਿਸਮਿਲਾ ਕਰਾਂ ਬੋ, ਤੂੰ ਆਖਿਆ ਅੱਲਾ ਹੈ ਮੈਂ ਕੋਈ ਡਿੱਠਾ ਹੈ, ਤੂੰ ਆਖਿਆ ਜੰਨਤ ਹੈ ਮੈਂ ਕੋਈ ਡਿੱਠੀ ਹੈ, ਜਿਹਨਾਂ ਨੂੰ ਨਹੀਂ ਵੇਖਿਆ ਮੈਂ ਉਹਨਾਂ ਨੂੰ ਮੰਨ ਲਿਆ ਹੈ। ਕਿਰਦਾਰ ਐਸਾ ਵਿਖਾ ਬਾਈ, ਆਲੇ ਮੁਹੰਮਦ ਦੇ ਦਰਵਾਜ਼ੇ ਤੇ ਆ ਕੇ ਕਿਰਦਾਰ ਐਸਾ ਵਿਖਾ। ਔਰ ਮੈਨੂੰ ਡਾਢਾ ਜੁਮਲਾ ਯਾਦ ਹੈ, ਮੈਂ ਪੜ੍ਹਦਾ ਪਿਆ ਨਹੀਂ ਚਨਿਓਟ, ਮੇਰੇ ਤੋਂ ਪਹਿਲਾਂ ਪੜ੍ਹਦਾ ਪਿਆ ਲਿਆ ਕਸਮ ਦਵਾਣਾ ਮੌਲਾ ਜ਼ਿੰਦਗੀ ਦਰਾਜ਼ ਫਰਮਾਵੇ। ਉਹਨਾਂ ਬੜੀ ਸੋਹਣੀ ਸਤਰ ਰੱਖੀ, ਉਹ ਸਕੇ ਚੰਗੀ ਗੱਲ ਸੁਣੀਏ ਨਾ ਤਾਂ ਮੰਦੀ ਛੱਡਣ ਨੂੰ ਦਿਲ ਕਰਦਾ, ਇਵੇਂ ਗੱਲ ਹੈ ਨਾ। ਇਸੇ ਵਾਸਤੇ ਨੇ ਮਜਲਿਸ ਹੁਸੈਨ 'ਚ ਆਓ, ਮਜਲਿਸ ਹੁਸੈਨ 'ਚ ਚੰਗੀਆਂ ਗੱਲਾਂ ਆਉਂਦੀਆਂ ਨੇ। ਬਿਸਮਿਲਾ ਕਰਾਂ, ਆਲੇ ਮੁਹੰਮਦ ਦੇ ਦਰਵਾਜ਼ੇ 'ਤੇ ਆ ਕੇ ਕਿਰਦਾਰ ਵਿਖਾ ਆਪਣਾ। ਅੱਲਾ ਕੁਰਾਨ 'ਚ ਮੁਹੱਬਤ ਨਹੀਂ ਮੰਗੀ, ਮੁਅੱਦਤ ਮੰਗੀ ਹੈ। ਮੁਅੱਦਤ ਫਿਲ ਕੁਰਬਾ, ਬੋਲੀ ਯਾਰ ਇਹਨਾਂ ਦੀ ਮੁਅੱਦਤ ਲੈ ਕੇ ਆ। ਬਿਸਮਿਲਾ ਕਰਾਂ, ਮੁਹੱਬਤ ਕਿਆ ਹੈ, ਮੁਅੱਦਤ ਕਿਆ ਹੈ? ਇੱਕ ਬੰਦੇ ਨੇ ਅਲੀ ਬਾਦਸ਼ਾਹ ਨੂੰ ਪੁੱਛਿਆ, ਬਾਦਸ਼ਾਹ ਤੁਸੀਂ ਜ਼ਿੰਦਗੀ ਕਿਵੇਂ ਗੁਜ਼ਾਰੀ ਹੈ? ਆ ਲਫ਼ਜ਼ ਸੁਣਿਆ ਜੇ ਬਾਈ, ਸਰਕਾਰ ਦਾ ਦਿਨ ਮਨਾਉਣਾ ਬੈਠੇ ਤੇ ਲਫ਼ਜ਼ ਸੁਣਿਆ ਜੇ, ਤੁਸੀਂ ਜ਼ਿੰਦਗੀ ਕਿਵੇਂ ਗੁਜ਼ਾਰੀ ਹੈ? ਤੇ ਹਸਨ ਹੁਸੈਨ ਦਾ ਬਾਬਾ ਆਉਂਦਾ, ਇਹ ਗੱਲ ਉਹਦੇ ਕੋ ਪੁੱਛੀ ਦੀ ਏ ਜਿਸ ਆਪਣੀ ਮਰਜ਼ੀ ਨਾਲ ਗੁਜ਼ਾਰੀ ਹੋਵੇ। ਹਾਏ 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 ਹਾਏ, ਮੈਂ ਯਾ ਗੁਜ਼ਾਰੀ ਉਹਦੇ ਆਖਣ ਤੇ, ਯਾ ਗੁਜ਼ਾਰੀ ਇਹਦੇ ਆਖਣ ਤੇ, ਮੈਂ ਨਸੀ ਸੌਂਦਾ ਇਹਨਾਂ ਆਖਿਆ ਨਹੀਂ, ਇਹਨਾਂ ਕੇ ਸੋ ਜਾ ਮੈਂ ਸੋ ਗਿਆ। ਹਾਏ 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 ਹਾਏ, ਹਾਂ ਸਲਾਮਤ ਰਹਿਣੀ, ਹਾਂ ਸਲਾਮਤ ਰਹਿ, ਜ਼ਿੰਦਗੀ ਦਰਾਜ਼ ਉਹਨੇ। ਹਾਂ ਹਾਂ, ਸਰਕਾਰ ਅਲੀ ਅਲੈਹ ਸਲਾਮ ਨੇ ਉਸ ਨੂੰ ਵੀ ਬਚਾਇਆ, ਇਸ ਨੂੰ ਵੀ ਬਚਾਇਆ।
ਕਿਵੇਂ ਬਚਾਇਆ? ਲਾ ਲਫ਼ਜ਼ ਸੁਣਿਆ ਜੇ ਭਾਈ, ਇੱਕ ਬੰਦੇ ਨੇ ਮੈਨੂੰ ਆਖਿਆ ਜੀ ਇਤਨੀ ਸ਼ਾਨ ਹੈ ਮਦੀਨੇ ਜਾ ਕੇ, ਵੇਖੋ ਇਤਨੀ ਸ਼ਾਨ ਹੈ ਨਬੀ ਦੇ ਅੱਜ ਵੀ ਸੱਜੇ ਖੱਬੇ ਅਸਹਾਬ ਸੁੱਤੇ ਹੋਏ। ਜੁਮਲਾ ਸੁਣਿਆ ਜੇ, ਇਤਨੀ ਸ਼ਾਨ ਹੈ, ਜੁਮਲਾ ਸੁਣ, ਇਤਨੀ ਸ਼ਾਨ ਹੈ ਮਦੀਨੇ ਜਾ ਕੇ ਵੇਖੀ, ਮੈਨੂੰ ਆਖਿਆ ਅਲਵੀ ਮਦੀਨੇ ਜਾ ਕੇ ਵੇਖੀ ਨਬੀ ਦੇ ਅੱਜ ਵੀ ਸੱਜੇ ਖੱਬੇ ਅਸਹਾਬ ਸੁੱਤੇ ਹੋਏ। ਮੈਂ ਕਿਹਾ ਅਲੀ ਦੀ ਇਤਨੀ ਸ਼ਾਨ ਹੈ ਨਜਫ ਜਾ ਕੇ ਵੇਖੀ ਸੱਜੇ ਖੱਬੇ ਨਬੀ ਸੁੱਤੇ। ਓਏ ਹੋਏ 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 ਜੀ, ਬਿਸਮਿਲ੍ਲਾ। ਭਲਾ ਵੀ ਬਈ ਜਵਾਨੀਆਂ ਮਾਣਿਆ ਜੇ ਕੀ ਜੀ, ਮਿਹਨਤ ਪਸੰਦ ਆ ਰਹੀ ਨੇ, ਦਿਲ ਦੀ ਵੀ ਹੈ। ਮੈਂ 217 ਜਨਾਬ ਦੇ ਹਵਾਲੇ ਹੋਰ ਕਰ ਜਾਵਾਂ। ਇਤਨੀ ਸ਼ਾਨ ਹੈ ਨਬੀ ਦੇ ਸੱਜੇ ਖੱਬੇ ਅਸਹਾਬ ਸੁੱਤੇ ਹੋਏ। ਮੈਂ ਕਿਹਾ ਨਜਫ ਜਾ ਕੇ ਵੇਖ, ਇਤਨੀ ਸ਼ਾਨ ਹੈ ਸੱਜੇ ਖੱਬੇ ਨਬੀ ਸੁੱਤੇ ਹੋਏ। ਥੋੜੀ ਤਬੀਅਤ ਜੁੜ ਗਈ ਤੇ ਫਿਰ ਮੈਂ ਜੁਮਲਾ ਆਖਾਂ, ਜਾਣਾ ਸਾਰਿਆਂ ਤਵੱਜੋ ਹੋਵੇ ਤੇ ਜੁਮਲਾ ਆਖ ਦੇਵਾਂ। ਫਿਰ ਮੈਂ ਆਖਾਂ ਤੇ ਮਜਬੂਰ ਹੋ ਗਿਆ, ਨਬੀ ਦੀ ਜਿਸਲੇ ਮਹਿਫਲ ਹੋਈ ਸਹਾਬੀਆਂ ਨਾਲ ਹੋਈ, ਅਲੀ ਦੀ ਜਿਸਲੇ ਮਹਿਫਲ ਹੋਈ ਨਬੀਆਂ ਨਾਲ ਹੋਈ। ਆਏ ਹਾਏ 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 ਜੀ, ਜ਼ਿੰਦਗੀ ਦਰਾਜ਼ ਹੋਣੇ ਜੀ। ਬਿਸਮਿਲ੍ਲਾ ਕਰਾਂ ਬਾਈ, ਮੌਲਾ ਜ਼ਿਆਦਾ ਬਖਤ ਦੇਵੇ, ਇੱਜ਼ਤਾਂ ਦੇਵੇ, ਚੱਪੇ ਚੱਪੇ ਤੇ ਤੁਹਾਡਾ ਨਾਂ ਹੋਵੇ। ਆ ਦੱਸਾਂ ਕਿ ਉਹਦੀ ਤੌਹੀਦ ਕਿਵੇਂ ਬਚਾਈ, ਸਰਕਾਰ ਦੀ ਰਸਾਲਤ ਕਿਵੇਂ ਬਚਾਈ। ਲਾ ਸਤਰ ਸੁਣਿਆ ਜੇ, ਮੁਹੰਮਦ ਤੇ ਅਲੀ ਦੇ ਆਵਨ ਤੋਂ ਪਹਿਲੇ ਦੁਨੀਆਂ ਨੇ ਕਿਸ ਕਿਸ ਨੂੰ ਰੱਬ ਮੰਨਿਆ? ਮੇਰੇ ਵਾਲੇ ਪਾਸੇ ਵੇਖਿਆ ਜੇ ਬਾਈ, ਦੱਸਾਂ ਬਾਈ, ਪਤਾ ਤੁਹਾਨੂੰ ਵੀ ਹੈ, ਦੁਨੀਆਂ ਨੇ ਪੱਥਰ ਨੂੰ ਵੀ ਰੱਬ ਮੰਨਿਆ। ਸਮਝਿਆ ਜੇ, ਸਮਝਿਆ ਜੇ, ਦੁਨੀਆਂ ਨੇ ਸੂਰਜ ਨੂੰ ਵੀ ਰੱਬ ਮੰਨਿਆ, ਦੁਨੀਆਂ ਨੇ ਸਿਤਾਰੇ ਨੂੰ ਵੀ ਰੱਬ ਮੰਨਿਆ, ਦੁਨੀਆਂ ਨੇ ਸੱਪ ਨੂੰ ਵੀ ਰੱਬ ਮੰਨਿਆ। ਤੂੰ ਬੋਲ ਨਾ ਬੋਲ, ਤੇਰੀ ਮਰਜ਼ੀ ਦੀ ਬਾਤ, ਮੈਂ ਵੰਡ ਕਰਕੇ ਦੱਸਣਾ ਚਾਹੁੰਦਾ ਅਲੀ ਬਾਦਸ਼ਾਹ ਤੌਹੀਦ ਬਚਾਈ ਕਿਵੇਂ। ਫਿਰ ਜੁਮਲਾ ਸੁਣਿਆ, ਕਿਸ ਕਿਸ ਨੂੰ ਰੱਬ ਮੰਨਿਆ? ਸਿਤਾਰੇ ਨੂੰ ਰੱਬ ਮੰਨਿਆ, ਸੂਰਜ ਨੂੰ ਰੱਬ ਮੰਨਿਆ, ਪੱਥਰ ਨੂੰ ਰੱਬ ਮੰਨਿਆ, ਸੱਪ ਨੂੰ ਰੱਬ ਮੰਨਿਆ। ਕਿਸ ਤਰ੍ਹਾਂ ਮਨਵਾਇਆ ਆ ਤੈਨੂੰ ਮੈਂ ਦੱਸਾਂ। ਅਲੀ ਸੂਰਜ ਪਲਟਾ ਕੇ ਆਖਿਆ, ਸੂਰਜ ਰੱਬ ਨਹੀਂ ਹੋ ਸਕਦਾ। ਆਏ ਹਾਏ ਹਾਏ, ਜੁਮਲੇ ਸੁਣਿਆ ਜੋ, ਜੁਮਲੇ ਹਜੇ ਹਾਂ ਸਲਾਮਤ ਰਹਿਣੀ, ਇਹ ਗਦੀਰ ਵਾਲੀ ਸੁਨਤ ਅਦਾ ਕਰ ਰਹੇ ਹੋ ਜੀ। ਬਿਸਮਿਲ੍ਲਾ ਕਰਾ, ਅਲੀ ਬਾਦਸ਼ਾਹ ਸੂਰਜ ਪਲਟਾ ਕੇ ਆਖਿਆ, ਸੂਰਜ ਰੱਬ ਹੋ ਨਹੀਂ ਸਕਦਾ। ਅਗਲੀ ਸਤਰ ਚੌਖੀ ਮਜ਼ੇ ਵਾਲੀ ਹੈ, ਸਤਾਰਾ ਚੌਖੜ ਤੇ ਬੁਲਾ ਕੇ ਆਖਿਆ, ਸਤਾਰਾ ਰੱਬ ਹੋ ਨਹੀਂ ਸਕਦਾ, ਹਾਂ ਸਲਾਮਤ ਰਹਿਣੀ ਹੈ। ਪੱਥਰ ਅਲਮ ਜਗਾੜ ਕੇ ਆਖਿਆ, ਭਾਈ ਜਾਂ ਜੁਮਰਾ ਸੁਣ, ਅਲਮ ਪੱਥਰ ਜਗਾੜ ਕੇ ਆਖਿਆ, ਪੱਥਰ ਰੱਬ ਹੋ ਨਹੀਂ ਸਕਦਾ। ਬਹੁਤ ਤਰੋੜ ਕੇ ਆਖਿਆ, ਲਾਤ ਮਨਾਤ ਰੱਬ ਹੋ ਨਹੀਂ ਸਕਦਾ। ਅਲੀ ਬਾਦਸ਼ਾਹ ਸਜਦੇ ਚ ਰੱਖ ਕੇ ਆਖਿਆ, ਰੱਬ ਉਹ ਹੁੰਦਾ ਹੈ ਜਿਸ ਨੂੰ ਅਲੀ ਸਜਦਾ ਕਰ। ਜੀ ਬਿਸਮਿਲ੍ਲਾ ਕਰਾਂ ਬਈ, ਰੱਬ ਉਸ ਨੂੰ ਵਾਦੇ ਨੇ ਜਿਸ ਨੂੰ ਅਲੀ ਤੇ ਮੁਹੰਮਦ ਸਜਦਾ ਕਰਨ। ਅੱਲਾ ਮੁਵੱਦਤ ਮੰਗੀ ਹੈ ਬਾਈ, ਮੁਹੱਬਤ ਨਹੀਂ। ਇਸ ਦਰਵਾਜ਼ੇ ਤੇ ਮੁਵੱਦਤ ਲੈ ਕੇ ਆ। ਅਗਰ ਦੁਨੀਆ ਵਾਲੀ ਨੂੰ ਮੰਨ ਲੈਂਦੀ ਤੇ ਧੀ ਵਾਲੀ ਦੀਆਂ ਕੂਫੇ ਯਤੀਮ ਨਾ ਹੁੰਦੀਆਂ। ਬਹੁਤ ਜ਼ਿਆਦਾ ਤੁਹਾਡੀ ਮੁਹੱਬਤ 'ਚ ਵੜ ਗਏ ਹਾਂ, ਬਹੁਤ ਸੋਹਣਾ ਸੁਣਦੇ ਪਏ ਹੀ ਨਹੀਂ, ਦਿਲ ਵੀ ਨਹੀਂ ਕਰਦਾ ਹੀ ਨਹੀਂ ਛੱਡਣ ਨੂੰ, ਦਿਲ ਕਰਦੇ ਪੜ੍ਹੀ ਜਾਈਏ, ਸੁਣਦੇ ਇਸ ਤਰੀਕੇ ਨਾਲ ਪਏ ਹੀ ਨਹੀਂ। ਅੱਜ ਦੇ ਦਿਨ ਬਤੂਲ ਦੀ ਧੀ ਯਤੀਮ ਹੋਈ ਏ। ਏਮਨਾਬਾਦ ਆ ਲਿਓ, ਮੈਂ ਕੱਲ੍ਹ ਕੋਟਚੀਆਂ ਬੀਬੀ ਦੀ ਜ਼ਰੀ ਤੇ ਬਾਦਸ਼ਾਹ ਅਲੀ ਦੀ ਸ਼ਹਾਦਤ ਪੜ੍ਹੀ। ਇੱਕ ਸੈਯਦ ਈ ਨਾਮ ਅਸਦ ਈ ਮੂੰਹ ਦਾ ਮਾਤਮ ਕਰਕੇ ਆਉਂਦਾ ਨਹੀਂ, ਅਲਵੀ ਗੱਲ ਸੁਣ, ਇਹ ਦਹਾੜਿਆਂ ਦੇ ਵਿੱਚ ਜ਼ੈਨਬ ਯਤੀਮ ਨਹੀਂ ਹੋਈ, ਕੁੱਲ ਕੈਨਾਤ ਯਤੀਮ ਹੋ ਗਈ ਏ। ਮਰਹਬਾ 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 ਬੇ ਜ਼ਹਰਾ ਜਾਈਆ ਰਾਜ਼ੀ ਉਹਨੇ, ਕੁੱਲ ਕੈਨਾਤ ਯਤੀਮ ਹੋਈਏ ਜੀ। ਬਿਸਮਿਲ੍ਲਾ ਕਰਾ ਜੀ, ਮੈਂ ਲੱਖ ਵਾਰੀ ਪੜ੍ਹਦਾ ਪੂਰਾ ਪੜ੍ਹਸਾਂ, ਤੁਹਾਡੀ ਜ਼ਿੰਦਗੀ ਦਰਾਜ਼ ਉਹਨੇ, ਇਹ ਬਹੁਤ ਅਜ਼ੀਮ ਇਬਾਦਤ ਏ, ਇਹ ਇਸ਼ਕ ਦੀ ਨਮਾਜ਼ ਏ, ਇਨਸ਼ਾਅੱਲਾ ਕਜ਼ਾ ਨਾ ਹੋਵੇ। ਰੋਵਨ ਨਾ ਲਿਆ ਮੈਨੂੰ ਜ਼ਿਕਰ ਦੀ ਕਸਮ ਏ, ਇਹ ਤੇ ਸਮਝ ਵਾਲੀ ਗੱਲ ਹੈ, ਇਹ ਤੇ ਫਰਕ ਹੈ ਹੁਸੈਨ ਤੇ ਅਲੀ 'ਚ, ਇਹੋ ਤੇ ਫਰਕ ਹੈ ਅਮੀਰੀ ਤੇ ਗਰੀਬੀ 'ਚ। 10 ਮੁਹਰਮ ਨੂੰ ਗਰੀਬ ਦੀ ਧੀ ਯਤੀਮ ਹੋਈ ਆਈ, ਅੱਜ ਅਮੀਰ ਦੀ ਧੀ ਯਤੀਮ ਹੋਈ ਏ। ਦੱਸਾਂ ਫਰਕ ਕਿਹੜਾ ਹੈ, ਜਿਹੜੇ ਵੇਲੇ ਅਮੀਰ ਦੀ ਧੀ ਯਤੀਮ ਹੋਈ ਤੇ ਚਾਰ ਦੀਵਾਰੀ ਦੇ ਅੰਦਰ ਆਈ, ਜਿਹੜੇ ਵੇਲੇ ਗਰੀਬ ਦੀ ਧੀ ਯਤੀਮ ਹੋਈ ਹੈ ਪਿਓ ਦੀ ਗਰਦਨ ਤੇ ਗਰਦਨ ਰੱਖ ਕੇ ਆਉਂਦੀ ਹੈ, ਮਰਿੰਦਾ ਜੋ ਹੈ ਇੱਕ ਘੁੱਟ ਪਾਣੀ ਪਿਵਾ। ਉਬੈਦੀਨਾ ਦੱਸੇ ਤੇ ਹਵਾ ਨੀ ਜ਼ਿਬਾ, ਮਰਹਬਾ ਬਈ ਮਰਹਬਾ ਬਈ, ਦੱਸੇ ਤੇ ਹਵਾ ਨੀ ਜ਼ਿਬਾ ਨਹੀਂ ਕਰੀਦੇ।
بے موسم اجڑے مدینے دے سید تواڈے تے سوال کرے نالی بادشاہ دے قاتل کتنے آئی نے تواڈی زندگی اونے مولا بخت داوے اندے اک کوئی قاتل آئی اگلی گل وی دسو ضرباں کتنی آئی نے ضرب ہی اک آئی ضرب مار کے کھلوتا ہی یا بھج گئی آئی بھج گئی آئی رو نہ لے ہوئی تا نا تے امیری ہے قاتل بھی اک آئی ضرب بھی اک آئی قاتل ضرب مار کے بھجیا کیوں ہے پتہ ہی علی دی کانڈ کھالی نہیں ماتم تیرے مذہب وچ جائز ہے واہ بھائی واہ تہاڈی زندگی اونے پتہ ہی جو علی دی کانڈ کھالی نہیں غریب اس نو آندے نے جڑا سجے ویکھے تے عباس دی لاش ہووے کھبے ویکھے تے اکبر دی برچھی ہووے پڑھے نماز تے قاتل کان تے سوار ہووے ایک ہاتھ زلفاں چ پاوے سائیاں کڈ کڈ کے ضربا مار کے آ کے دس ہن تیرا عباس کتھے ہے اللہ مار بھائی ہن دسا تیرا عباس کتھے ہے دو سجدے اللہ دی کہنا چ ایسے ہوئے جڑے سجدے ویکھن واسطے عرشی مخلوق فرشتے آ گئے ایک سجدہ 19 رمضان بادشاہ علی دیتا نبی ویکھن واسطے مسجد کوفہ چ آئے دوسرا سجدہ 10 محرم والے دن حسین دیتا بیٹھا جو ایڈی گرمی چ مکان دے ان واسطے 70 سونی فرق میں دسنے ماتم تیرے مذہب چ جائز ہے ایو فرق ہے جڑے ویلے علی سجدہ دیتا نبی چپ کر کے ویکھ دے رہے جڑے ویلے حسین سجدہ دیتا ہے نبی تا الہا کے آندے نے امتحان بند کر گری دی بہن باہر اللہ مان بھائی زندگی دراز نے امتحان بند کر گری دیاں دھیاں باہر آ گئیں زخمی حسین لے میں ایتھے ایک بیان کر دیواں ابو تراب دا پتر تراب تے ہاتھ رکھ کے آندے توں اے تراب میں ابو تراب دا لال جے میں کچھ منگا تے دے سے اسطر سنے آجے زمین کربلا چوازے دو محرم دی ویدی رہیاں تو کچھ منگے تو میں دیواں چھے نو خیمے پٹے میں تیرے الویدی رہیاں تو کچھ منگے سات نو پانی بند ہویا میں ویدی رہیاں تو کچھ منگے دس محرم دی رات علی اکبر اذان دیتی زینب روندی رہی تیرے مذہب وچ ماتم جائز وین سنی زندگی دا پتہ کوئی نہیں چڑھیا ڈام حرم دا ڈیک زمین کربلا دی میرے تے اکبر دی لاش آئی میں ویدی رہی ہاں میرے تے قاسم دے ٹکڑے آئے میں ویدی رہی ہاں میرے تے غازی دے بازو آئے میں ویدی رہی ہاں میرے تے اسگر دی قبر بنی میں ویدی رہی ہاں او زہرا دا پتر ہون دا سا آنکھیں تا 9 لاکھ نو نکل جاواں تیرے مذہب وچ ماتم جائز آنکھیں تا 9 لاکھ نو نکل جاواں حسین آندے سن جان میں صبر وکھاون آیا جے احسان لاونا چاہنی ہے تے منت لا جھگیو مینو بہن مریندا نہ ویکھے بیٹھے کے مکان دیون واسطے رو نہ لیا مینوں ذکر دی قسم ہے زمین جھکی ہوئی ہے لازے دے بعد وت بلند ہوئی ہے زمین اڑے کے اندے تو ہی پترا مویا سمجھے آئی تو ہی بھیراوا مویا سمجھے آ تو ہی اللہ راسی سمجھے آ زمین کربلا جواز آئی اکبر دا بابا رانج نہ تھی میں بلند کرے نہیں آ تو بھین دے خیمے الوے جڑے ویلے شبیر نہ ڈٹھے زینب دے وال کھلے ہوئے نے قرآن سار ترا کیا دیئے اچھیو میں بھیرا دا سجدہ ویکھنا ہے اللہ مان بھئی اللہ مان بھئی زہرہ جائیہ راضی نے عبادت ہو گئی تیری آنکھ پر نم ہو گئی میں ایک وین کرا بڑے قاتل ناکام ہو گئے مارن وین دے ہی نہیں لیکن مار نہیں سکتے ہی نہیں کیوں قاتل ناکام ہوئے آ میں دسا پسرے ساتھ نے ایک نو پوچھیا کیوں نہیں مرین دے رو پیا اندھا پتھر دیلنا ظلم وڈے کر بیٹھے ہیں آخر کار اسی حیات انسان ہویا کئی اندر میں خنجر لے کے ٹریاں جو میں حسین نو قتل کرا حسین دی سران دی او بیٹھائی جن دا کلمہ بڑھ دیاں محمد دا تاج لتھا ہویا ہے واللیل علی زلفہ چھا کے تو رو کے اندر اکھا لا نا نا ملن آئی تو اوہی ہے میں نماز پڑھ دا تو میری کاڑتے آ باندھا ہوئے اللہ دے سجدہ ودا میرا حسین نہ روئے تیرا رونا تے اللہ نے برداشت نہیں اتنا ظلم کیوں کیتا نے کوئی آندے او دی ماں بتول آئی بیٹھی ہے کوئی آندے او دا مسموم بھیرا حسن آیا بیٹھا نے ممبر دی قسم ہے شمر آندے او جڑا خیمہ پہ وینے خیمہ مسلمان دا نہیں
خیمہ نصرانی دا نام کیس کلمہ پڑھ دے عیسیٰ نبی دا آہ او سن اللہ تیری زندگی انہیں جی بسم اللہ کر میں پڑھ دے تاریخ پہ پڑھ لے سنی وین آ کے آندے نے اے وڈیاں جگیرہ دینے آ حسین نو قتل کر خنجر لے کے ٹور پیا نصرانی فضا دے برف نالو چٹے وال کھول گئے تے رو کے آندے زینب ہن تے نہیں بچنا اماں ہن کیوں نہیں بچنا بی بی آندی اگے مارن والے مسلمان نہیں کسے نو تیرے نانے دا یا کسے نو تیرے بابے دا یا ہن مارن والا مسلمان نہیں نصرانی ہے گل مار کے آندی ہے اماں کلمہ کے دا پڑھدا ہے فرمایا عیسیٰ نبی دا اچا وین کر کے آندی اماں نصرانی میرے برا دا قاتل نہیں اماں کل دی گل اسایا مبالے چ میری ماں دا حیا مرحبا 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 مولا تیری کوکا قبول فرماوے بسم اللہ کراں وے جوانیاں ماں نے جڑا منہ دا برسا وے پڑھدا ہے اور رو مکان دیو حسین مات منگ دی ہے حسین ہاج منگ دی ہے اے تیرے موتی ضایا نہیں محمد دی رومال رکھ دی ہے اے سارے موتی اکٹھے کر کے کربلا جویں دی ہے حسین دے زخماں تے رکھ دی ہے ایمنآباد والے سارے زخم بھر ویندے دو زخم نہیں بھر دے زارا وال کھول کے آندیا دو زخم کیڑے حسین آندے اما ایک اکبر دی برچی دا زخم ہے دوجا بھین دے برکھے دا زخم اللہ مان اللہ مان اللہ مان بھائی اللہ مان بھائی زندگی ترا میں نو کرا تیرا بسم اللہ کرا بھائی بڑی افسونی عبادت ہے گرمی بھی ڈاڈی ہے جی میں نو کرا عبادت ہو گئی ہے میری سین آندی ہے اما کیوں مرین دے جگیر دلال بی بی آندی گریت نہیں کہنا دے مالکا دی تھی یا اے جملہ میری آمان بھائینا بہتر سمجھا دی جے ڈی غریب ہوئے بر جائیا دے سامنے ہاتھ نہیں بن دی یا فیزا دین ججڑی ہے کربلا جزین دیوال کھول گئے ہاتھ بان کے آن دیئے میری ماں دیا نوا زینب جنگلا چرول اللہ مان اللہ مان اللہ مان بھائی کرلا کرلا جی بہنو کرا جی بسم اللہ کرا زندگی دراز نے منت لاؤ سارے مارے گئے ایک حسین بچے نہیں بھیا اپنے کنا دے زیور اپنے گلے دے زیور لاؤ گانڈ باج گئی اماں جی مار ونجے اماں زیورا دی گانڈ لے نصرانی نواغ ہونتے نہ مارا اے وین سنے میں ممبر چھوڑ لگا ممبر دی قسم بی بی آ گیا دی نصرانی میرا سلام ضعیفہ دا میں ضعیفہ میرا بھی سلام ضعیفہ انج لگ دے جی میں کدی کسے نال نہیں بولی بی بی آن دی رین دی ہونا گارا جینا نبیان نال بھی نہیں بول اللہ مان اللہ مان اللہ مان رین دی ہونا دے ویڑے جیاں جیڑی نبیان نال بھی کدی نہیں بولیا بی بی آن دی زیورا دی گانڈ لے غریب نو ہونتے نہ مارا اینج کر کے وے کے آندھا کے دے زیوری اے وین سنی جڑا مکان دے ونی ہے بی بی دی چیخ نکلی آن دی دست دل رہی ہے جنو مارن پہ وے دے او دیاں بھینہ دے زیوار او دیاں دھیا دے زیوار مرحبا مرحبا او دیاں برجائیا دے زیوار نصرانی آندھا نہیں گردا منو کوئی ہور شہد لال جے جڑے وے لے فیزا ٹوری ہے مکان دے ونی ہے تے جملہ سنی ہے آسمان علموں کر کے آدھے مریم تیسا دے اللہ گوار روی میں ہاتھ نہیں لایا کہ شریف ازادی آدھے زیورہ مولا تیرا ماتم قبول فرماوے کہ شریف ازادی آدھے زیورہ نو بے کھویٹا دھیا لے سارے آنکھوں نصرانی میر بانی زاڑیا سینہ دے زیورہ دہیا کی تئی اللہ جانے کہ جو مسلمان ہیں جڑے شاہ میں غریبا دی رات لٹ دے بھی رہے ناچ ناچ کے آندے آئینی جاؤ لوٹ لو چادر ہو نا زینب دی او دا کر دے او سارا اور آنے او میں پوچھنا ہے کتھے گازی اللہ مان اللہ مان اللہ مان جی میں نو کرا میں ممبر چھوڑ دا پہ علی دی دی اجڑ گئی ہیں اما کے ہویا نصرانی نہیں گھڑ دا اما کیوں نہیں گھڑ دا آندھے دنیا دا نہیں منو کوئی اور شاید اللہ لچے میری سین سجے کا بیٹے گئے آندھی اکین گئی ہے غازی دی بھیڑ
لاہور علی ملکہ دا وینا یا بڑی ڈیر دی آئی کھلو دیا سائے روک گیا نی رکیا جلدی گھر جنہ دی رسید بنا چارے تھے بڑے لائے نا سائیں بھی را بچاون واسدے جلدی کر جنہ دی رسید بنا مدہ بھی را بچ داوے ہی اللہ کے آلیا جنہ دی رسید بن گئی جڑا سید کوئی بیٹھے ہاتھ جاوے کوئی سید بیٹھے جی میں نو کرا اجازت دیو میں اگلا وین پڑا روہ نالیا منو ذکر دی قسم میری سینٹ اور پیے نصرانی اے زیورا دی گانڈ لے اے جنہ دی رسید لے ہونتے نہ مار تو ہائے کی تیئے نصرانی جھان پہ آیا آندھے زیفہ تیرے لے جیت جوڑ دی جڑ دا اللہ دنا دڑسا جڑی جنگلہ چھ بے کے جنہ پہ دین دیئے اے دی ماں کوئی فاطمہ آئے او زہرہ ہے اے او ماتم سواب یار اے او سخاتا ندی دیئے جڑی اجڑ کے اجڑے آئے او بن دے ویچا پئی جنہ تا وڈین دی پئی اے ہیزا روکیا دی ایو دردہ ماری آئے او زینب ہے او جیڑی ویر بج مرحبا 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 جی بسم اللہ کر ایک منزل بلند کر میں تھوڑا جا لہجا بدلا ماں ہو سکتے تیری میری عباد چلافہ ہوئے چونک چا قتل مافے جیسا بھر کروا نصرانی جنت پکڑی ہوئے بج پیا حسین دے قدمات راکے دے دنیا دے غربت نشانہ میرا سلام آوی زیادہ دے کیس یار چھرکا ہے کیس یار ڈیر نالائے ہے قدمات جان کے آندھے میرے نات واقف کون ہے سید آندھے تیرے نان بھی جاندہ تیرے پیودنا عبداللہ مسیح قدمات جان کے آندھے میرے شجرے تو واقف ہے زہرہ دا واسطہ تعرف کروا امنابادہ لیا زہرہ دا نام آیا شبیر کمر صدیقی دیئے روکے آندھے میں چھوٹا پتا رب طول دا میرے بابا بابا کہ امیر اے عرب یا جمع ماتم سواب ہے ماتم سواب ہے جی میں نو کرا زندگی دراز انہیں ایک وین کرا جڑے مکانی بیٹھے ہو میں لکھواری پڑھ دا میرا امام بیندہ روکے نے کیسے یار مٹی دبے میں تینو اپنے دکھ سناوا مولا اکبر نو برشیلا گے سوڈا کیڑا دکھ ہے زیدان دا مٹی دبے میں سوڈا دکھ سناوا او میری اماما بھینہ توڑے حصے دوینے کیسا دا میں مٹی دبے گیا شبیر میرے گلے چبائی پائیانے روکے آندے منوے کیسا نے مولا گیڑا دوکھا شبیر پیان دے دو دا پیندہ بچڑا او میرا قتل ہویا اے بن بربا دو بھی چالے میری بھین دی نسا اللہ مان اللہ مان اللہ مان جی میں نو کرا زنگی درازوں نے ہاتھ بلند کرو جڑے اکبر دے ماتمیوں زہرہ دا واسدے سارے ہاتھ بلند کرو میں پڑا ایک وہم ماتمی بیٹھے مکان دویے قدمات جھانے گے کیز آندھے مولا میں راتی ویکیا تسی ایک جوان اسے ریپایا ہی نہیں مولا میں نو دی جانج ویکھا مولا میں نو دے براتی ویکھا کرسو بردہ جملہ شبیر کا مسجدی کر کے نے کیس ویکھ میرے قاسم دے ٹکڑے کیس ویکھ میرے اسگر دی کبار کیس ویکھ میرے غازی دی بازو او ویکھ میرے حبیب دی لاش او ویکھ میرے جو دی لاش مولا میں تا چانج پوچھئے شبیر پیاندہ ایو چانج ہے میرے ماں سلام دے دی جیڑی سام گئی ہے ویچا سہرہ دے رلے سیرے ویچا